ਉਹ ਪੜ੍ਹ ਲਓ ਕਿੰਨੀ ਵਾਰ ਅੰਮ੍ਰਿਤ ਵੇਲੇ ਹਨੇਰਾ ਜਦੋਂ ਸਵੇਰੇ ਸੂਰਜ ਮਲ ਕਿਰਨਾਂ ਦੇ ਚੜ੍ਹਨ ਤੋਂ ਪਹਿਲਾਂ ਥੋੜਾ ਥੋੜਾ ਦਸਵੀਂ ਦੀ ਬਾਣੀ ਦੇਖੋ ਬਹੁਤੀ ਨਹੀਂ ਪੜ੍ਹਨੀ ਪੈਂਦੀ ਪੰਜ ਵਾਰ ਬਸ ਬਹੁਤ ਆ ਪੰਜ ਵਾਰ ਵਿੱਚ ਹੀ ਤੁਹਾਨੂੰ ਦਿਖ ਜਾਊਗਾ ਵੀ ਕੀ ਹੋ ਗਿਆ ਹੈ 11 ਵਾਰੀ ਪੜ੍ਹ ਲਓ ਤਾਂ ਕੀ ਕਹਿਣੇ ਇੱਕ ਉਹ ਚਾਹੁੰਦਾ ਅਥ ਚੰਡੀ ਚਰਿੱਤਰ ਉਸਤ ਵਰਨੰ ਭੁਜੰਗ ਪ੍ਰਿਆਦ ਛੰਦ ਭਰੇ ਜੋਗਣੀ ਪੱਤਰ 64 ਚਾਰੰਗ ਚਲੀ ਠਾਮ ਠਾਮ ਡਕਾਰੰਗ ਡਕਾਰੰਗ ਬਾਲੇ ਕਿਤੇ ਆਧੀ ਵਿਆਧੀ ਹੋ ਜਾਏ ਨਾ ਸਰੀਰ ਦੇ ਉੱਤੇ 11 ਕੁ ਵਾਰੀ ਪਾਠ ਕਰਨਾ ਚਾਹੁੰਦਾ। ਦਸ ਮਹਾਰਾਜ ਨੇ ਕਿਹਾ ਸੀ ਮੈਂ ਐਸੀ ਗਿਫਟ ਦੇ ਰਿਹਾ ਕਲਯੁਗ ਦੇ ਵਿੱਚ ਜੇ ਬਹੁਤ ਬਾਣੀ ਨਾ ਪੜ੍ਹੀ ਜਾਵੇਗੀ ਦਸਮ ਦੀ ਬਾਣੀ ਕੋਈ ਇੱਕ ਵਾਰ ਵੀ ਪੜ੍ਹ ਲਊਗਾ ਉਹਦੇ ਤੇ ਵੀ ਕਿਰਪਾ ਹੋ ਜਾਊਗੀ ਉਹਦੇ ਵੀ ਪਾਪ ਐ ਕੱਟ ਦਿਆਂਗੇ ਜਿਵੇਂ ਕਟਰ ਚੱਲਦਾ ਹੁੰਦਾ ਬੜੇ ਪਾਪ ਕੱਟਦੇ ਆ।